ਆ ਜੀ ਅੰਮਾ ਹਰ ਸ਼ਾਲ ਆਇਆ ਆਂਦੀ ਆਈ ਹਾਂ ਅੰਮਾ ਸਾਰਾ ਕੁਝ ਲਾਇਆ ਆਂਦਾ ਮੈਂ ਮੇਰਾ ਪੋਤਰੋ ਦੇਖਾ ਸੋਹਣੀਆਂ ਪਕਾਵਣੀਆਂ ਨੇ ਕੋਲਾ ਅੰਮਾ ਨਾ ਮੈਨੂੰ ਆਵੇ ਏ ਅੰਮਾ ਤੈਨੂੰ ਉਲਾਮਾ ਨਹੀਂ ਅੰਦਾ ਕੀ ਹੋ ਗਈ ਅੰਮਾ ਮੇਰਾ ਪਿਓ ਦਾਦਾ ਸਾਰੀ ਜ਼ਿੰਦਗੀ ਇਹੋ ਕੰਮ ਕਰਦਾ ਗੁਜ਼ਰ ਗਿਆ ਅਗੂ ਅੱਗੇ ਕਦੀ ਅਜ ਤਾਈ ਤੁਹਾਨੂੰ ਉਲਾਮਾ ਦਿਵਾਇਆ ਲੈ ਅਗੂ ਤਕਰੀਰ ਕਰਨ ਬਾ ਜੌੜੀ ਖੜਾ ਚੱਲ ਕੇ ਪਕਾ ਪੁਰਾਣੇ ਆਵਾ ਨਾਲੇਣ ਅੱਛਾ ਠੀਕ ਹੈ ਮੈਂ ਪਕਾਈਨਾ ਤੇ ਲੜ ਤੇ ਨਾ ਹਾਂ ਮੇਰਾ ਸ਼ੇਰ ਮਾਲ ਕੇ ਬਾਹਰ ਗਿਆ ਐ ਤਾਂ ਆ ਸੁਖਰੀਆ ਓ ਰਾਂ ਨਿਕਲਾ ਮਾਈ ਕੀ ਹੋ ਗਈ ਅੰਦੀ ਪਈ ਐ ਅੰਦਰ ਨਹੀਂ ਬਹਿ ਗਈਆਂ ਓ ਸਿਰਾਣੇ ਰੱਖ ਲਾ ਦੋ ਰਾਂ ਰੱਖ ਲਾ ਪੁਰਾਣੇ ਅੰਦੇ ਪੈਣ ਹਾਂ ਸਿਰਾਣੇ ਰੱਖ ਲਿਆ ਗਨ ਮਾਈ ਮੇਰੀ ਗੱਲ ਸੁਣ ਲਾ ਜਦੋਂ ਤੇਰਾ ਸਾਈਂ ਮਰਿਆ ਆਇਆ ਇਹ ਤੇਰੀ ਬਲਾਦਰੀ ਤੇ ਨਾ ਕਿੰਨੇ ਕੋ ਵਰਤੇ ਆਇਆ ਹੈ ਅੱਜ ਰਮਜ਼ੀ ਅੰਦਾ ਪੈ ਤੇ ਸਾਰਿਆਂ ਨੂੰ ਰਾਹ ਔਰ ਆ ਗਏ ਨਾ ਤੇ ਦਿਲਾਂ ਚ ਇਹ ਹੋਇਆ ਕਿ ਚੰਗਾ ਚੋਸਾ ਖਾਲਸਾ ਨਾਲੇ ਪੈਸੇ ਮੰਗ ਲੈ ਸਭ ਧਾਰੇ ਓਏ ਹੋਏ ਕੋਈ ਗੱਲ ਨਹੀਂ ਉਹਨਾਂ ਦੀ ਕਿਸਮਤ ਖਾਵਣੀ ਆਵਣ ਦੇ ਤੂੰ ਉਹਨਾਂ ਨੂੰ ਹਾਂ ਕਿਸਮਤ ਖਾਣੀ ਲਾਲਚੀ ਹੈ ਗਨ ਸਾਰੇ ਤੇਰੇ ਬਲਾਦਰੀ ਵਾਲੇ ਚੁੱਪ ਕਰਕੇ ਬਾਓ ਉਹ ਆਵੇਂ ਤਾਂ ਭੋਕ ਨਾ ਪੱਟੀ ਉਹ ਨਾ ਆਪਣੀ ਕਿਸਮਤ ਖਾਵਣੀ ਹੈ ਮਾਈ ਮੈਂ ਕਦੋਂ ਡਾਂਗ ਚਾਈ ਬੈਠੀ ਹੈਗੀ ਆ ਮੈਂ ਆਖਣਾ ਚਾਹਨੀ ਆ ਜਦੋਂ ਤੇਰਾ ਸਾਈਂ ਮਰਿਆ ਆਇਆ ਤਾਂ ਉਹਦਾ ਚਾਲੀਆ ਹੋਇਆ ਆਇਆ ਕਿੰਨਾ ਕੁ ਬਲਾਦਰੀ ਆਰੇ ਵਰਤੇ ਆਇਆ ਆਪਣੇ ਨਾਲ ਨਾ ਕੱਪੜੇ ਦਿੱਤੇ ਨਾ ਕੋਈ ਪੈਸੇ ਦਿੱਤੇ ਅੱਜ ਰਮਜ਼ੀ ਅੰਦਾ ਪਿਆ ਅਮਰੀਕਾ ਚੂ ਤੇ ਅੱਜ ਇਹਨਾਂ ਬੜੇ ਖੁਸ਼ੀਆਂ ਤੇ ਚਾਹ ਚੜੇ ਖਲੋਤੇ ਹੈਗੇ ਨੇ ਇਸ ਗੱਲ ਚੜੇ ਖਲੋਤੇ ਨੇ ਰਮਜ਼ੀ ਅੰਦਾ ਪਿਆ ਇਹਨਾਂ ਨੂੰ ਮਿੱਠਾ ਲਾ ਕੇ ਨਾ ਤੇ ਪੈਸੇ ਮੰਗ ਲ ਸਾ ਤੇ ਪੈਸੇ ਤੋਂ ਹੱਥ ਹੋਲਾ ਰੱਖੀ ਮੈਂ ਇਹ ਆਖਣਾ ਚਾਹਨੀ ਆ ਮੈਂ ਵੀ ਸਾਬਰ ਆ ਬੜੇ ਦੱਸਾਂ ਇਹਨਾਂ ਨੂੰ ਲੋਟ ਪੱਲੇ ਬੰਨ ਕੇ ਬੜੇ ਗਲਸਾਂ ਤੂੰ ਚੁੱਪ ਕਰਕੇ ਬਾ ਠੀਕ ਹੋ ਗਿਆ ਮੈਂ ਤਾਂ ਚੁੱਪ ਕਰਕੇ ਬੈਠੀ ਆ ਜਦੋਂ ਕਿ ਪੈਸੇ ਤਾਂ ਨਾ ਆਇਆ ਤੂੰ ਦਿੱਤਾ ਤਾਂ ਉਹਦਾ ਮੈਂ ਬੋਲ ਪਾਉਣਾ ਫਿਰ ਨਾ ਆਖੀ ਕਿ ਮੇਰੀ ਨੋ ਮੇਰੀ ਇੱਜ਼ਤ ਨਹੀਂ ਕੀਤੀ ਅਈਓ ਐ ਜਿਹੜੇ ਖਾ ਪੀ ਕੇ ਵਗ ਜਾਸੇ ਨਾਲੇ ਬੁੱਤਨੇ ਨੂੰ ਕਰਕੇ ਫੋਨ ਜਾਜ ਲਾਇ ਪਿਆ ਕਿ ਕੋਈ ਨਾ ਲੈ ਮਾਈ ਤਨ ਹੁਣ ਜਾਏ ਤਾਂ ਚੇਤਾ ਆ ਖਲੋਤਾ ਜਾਜ ਤੇ ਲਤਾ 10:11 ਮਿੰਟਾਂ ਤੇ ਤਾਂ ਹੁਣ ਤਾਂ ਆਪਣੇ ਚੱਕ ਪਹੁੰਚ ਨਾਲੇ ਉਸ ਸਨ ਹੁਣ ਤਾਂ 3 ਵਜੇ ਨਾਲੇ ਪਤਾ ਨਹੀਂ ਕਿਹੜੇ ਵੇਲੇ ਪਹੁੰਚਣ ਵਾਲੇ ਹੋ ਸੀ ਅੱਲਾ ਜਾਣੇ ਕਿਸੇ ਬੇਲੀ ਕੋਲ ਖਲੋ ਗਿਆ ਸੀ ਇੱਕ ਤਾਂ ਤੇਰੇ ਪੁੱਤਰ ਦੀ ਗੰਦੀ ਆਦਤ ਹੈ ਕਿ ਰਾਤ ਵਿੱਚ ਕੋਈ ਖਲੋ ਜਾਵੇ ਤਾਂ ਅੱਧਾ ਘੰਟਾ ਤੋਂ ਨਾ ਗੱਪਾਂ ਹੀ ਕਰਦਾ ਰਹਾ ਸੀ ਤੂੰ ਉੱਥੇ ਕਿਤੇ ਖਲੋ ਰਿਹਾ ਸੀ ਉਹਦੇ ਕੋਲ ਇਤਨੇ ਪੈਸੇ ਹੋਣੇ ਨੇ ਕੋਈ ਉਹਦੇ ਕੋਲ ਲੋਟ ਲਈ ਸੀ ਫੋਨ ਕਰ ਖਾ ਉਹਨੂੰ ਬੁੱਤਨੇ ਨੂੰ ਓ ਮਾਈ ਅੱਲਾ ਤੂੰ ਖੈਰ ਮੰਗ ਮੈਂ ਫੋਨ ਕਰਕੇ ਅੰਦੀ ਪੀ ਹੈਗੀ ਇੱਕ ਤਾਂ ਤੂੰ ਮੇਰਾ ਭਰਾ ਕੱਢੀ ਰੱਖਣੀ ਹੈਗੀ ਇਹ ਜੂ ਲੁੱਟੀ ਕਿਉਂ ਸੀ ਮੈਂ ਕੀ ਕਰਾਂ ਠਾਕਰ ਸਾਹਿਬ ਮੇਰੀ ਇੱਕ ਗੱਲ ਸੁਣ ਲਵੋ ਸੁਣਾ ਕੁਦਰਤੀ ਅੱਜ ਉਧਰ ਆਪਾਂ ਚਲੇ ਚੱਲੇ ਆ ਤੇ ਜਾ ਕੇ ਰਮਜ਼ੀ ਨਾਲੇ ਗੱਲ ਕਰ ਲਵੀਂ ਆਪਣੀ ਭੈਣ ਦੇ ਰਿਸ਼ਤੇ ਦੀ ਓਹੋ ਉਹ ਤਾਂ ਅੱਗੇ ਸ਼ਾਦੀਸ਼ੁਦਾ ਹੈ ਤੇ ਮੈਂ ਕਦੋਂ ਕਹਿਣੀ ਪਈਆਂ ਕਿ ਰਮਜ਼ੀ ਨੂੰ ਰਿਸ਼ਤਾ ਦੇ ਦਈਏ ਮੈਂ ਤੇ ਇਹ ਗੱਲ ਕਰਨੀ ਪਈਆਂ ਕਿ ਜਿਹੜਾ ਰਮਜ਼ੀ ਦਾ ਭਰਾ ਪੂਤਨਾ ਉਹਦੇ ਵਾਸਤੇ ਇਹ ਰਿਸ਼ਤਾ ਉਹਨੂੰ ਦੇ ਦਈਏ ਮੈਂ ਪਾਗਲ ਆ ਪੂਤਨੇ ਨੂੰ ਆਪਣੀ ਭੈਣ ਦਾ ਰਿਸ਼ਤਾ ਦੇਵਾਂ ਵੇਲਾ ਭੌਕਦਾ ਰਹਿੰਦਾ ਕਬੂਤਰ ਉਡਾਉਂਦਾ ਕੁੱਤਿਆਂ ਦੇ ਬਗੈਰ ਲੱਗਦਾ ਕੁੱਤੇ ਲੜਾਉਂਦਾ ਹੈ ਰਮਜ਼ੀ ਅਗਰ ਲਵੇ ਨਾ ਮੈਂ ਸੌਕੇ ਤੇ ਵੀ ਦੇ ਦੇਸ ਓਏ ਹੋਏ ਮੈਂ ਇਸ ਬੰਦੇ ਦਾ ਕੀ ਕਰਾਂ ਅਕਲ ਦੇ ਅੰਨੇ ਦਾ ਮੈਂ ਕਿਹਾ ਜੀ ਮੇਰੀ ਗੱਲ ਸੁਣੋ ਜਿੰਨਾ ਉਹਨਾਂ ਦੀ ਜਾਇਦਾਦ ਹੈ ਸਾਰੀ ਦੋਵਾਂ ਭਰਾਵਾਂ ਦੀ ਸਾਂਝੀ ਏ ਨੀ ਬਾਪੀ ਜਾਇਦਾਦ ਨੂੰ ਗੋਲੀ ਮਾਰ ਤੁਸੀਂ ਪਹਿਲੇ ਇਹ ਵੇਖੋ ਕਿ ਰਮਜ਼ੀ ਨੂੰ ਮਿਲਣ ਜਾਂਦੇ ਪੈਣੇ ਕਿ ਮੇਰਾ ਰਿਸ਼ਤਾ ਕਰਨ ਜਾਂਦੇ ਪੈਣੇ ਤੁਸੀਂ ਉਲਟਾ ਗੱਲਾਂ ਸੁਣੀਆਂ ਵੀ ਸਾਨੂੰ ਇਹ ਕੁੱਕੀ ਆਦੀ ਭੈਣ ਘਰੇ ਦਿੱਤੀ ਜਾਂਦਾ ਕੱਲ ਮਿਹਨਤ ਆਨੇ ਤਾਂ ਮੈਂ ਸੁਣਨੇ ਨੀ ਤੂੰ ਚੁੱਪ ਕਰਕੇ ਬਹਿ ਨਹੀਂ ਅਸੀਂ ਉਹਨਾਂ ਦੇ ਘਰੇ ਵੀ ਜਾ ਰਹੇ ਆ ਰਮਜ਼ੀ ਅੱਲੇ ਵੀ ਜਾ ਰਹੇ ਤੇ ਤੇਰੇ ਰਿਸ਼ਤੇ ਵਾਸਤੇ ਵੀ ਜਾ ਰਹੇ ਆ ਅੱਜ ਹੀ ਤਾਂ ਸਾਨੂੰ ਮੌਕਾ ਮਿਲਿਆ ਲੈ ਅੱਜ ਮੌਕਾ ਇਹ ਹੈ ਤਾਂ ਨਹੀਂ ਨਾ ਮਿਲਿਆ ਤੁਸੀਂ ਮੈਨੂੰ ਘਰ ਉਹਨਾਂ ਦੇ ਜਾ ਕੇ ਦੇਣਾ ਉਹ ਆਪਣੇ ਘਰ ਆ ਕੇ ਰਿਸ਼ਤਾ ਮੰਗਣ ਤਾਂ ਫਿਰ ਬੰਦੇ ਦੀ ਇੱਜ਼ਤ ਰਹਿੰਦੀ ਇਸ ਤਰ੍ਹਾਂ ਤਾਂ ਮੇਰੇ ਬਰਾਦ ਇੱਜ਼ਤ ਹੀ ਨਹੀਂ ਰਹਿੰਦੀ ਮੁੜ ਅਗਲੇ ਆਸਣ ਇਹਨੂੰ ਕਿਦੂ ਫੱਦਿਆ ਨੇ ਤਾਂ ਸਾਡੇ ਗਾਲ ਮੜਦੇ ਪੈ ਚੱਲ ਠੀਕ ਹੈ ਫਿਰ ਤੂੰ ਮੇਰੇ ਭਰਾ ਨਾਲ ਸ਼ਾਦੀ ਕਰ ਲੈ ਤੇਰਾ ਭਰਾ ਕਿਹੜਾ ਬਾਰੀਆ ਟੋਨ ਦਾ ਮਾਲਕ ਹੈ ਤੇ ਤੇਰਾ ਕਿਹੜਾ ਟਰੱਕਾਂ ਵਾਲਾ ਅੱਡਾ ਚੱਲਦਾ ਪਿਆ ਸੀ ਜਿਹੜਾ ਮੈਂ ਤੇਰੇ ਨਾਲ ਵਿਆਹ ਕਰ ਲਿਆ ਓ ਮੇਰੀ ਅਕਲ ਵਿੱਚ ਕੁਝ ਨਹੀਂ ਆ ਰਿਹਾ ਮੈਨੂੰ ਲੱਗੀ ਹੋਤੀ ਹੈ ਭੁੱਖ ਪਹਿਲਾਂ ਰਾਜ ਤੇ ਰੋਟੀ ਖਾਸਾਂ ਮੁੜ ਆ ਸ਼ਾਪਰ ਚਾਵਲਾਂ ਦਾ ਭਰਾ ਸਾਂ ਉਸ ਤੋਂ ਬਾਅਦ ਕੋ ਗੱਲ ਕਰਸਾਂ ਪਰ ਮੇਰੀ ਅਕਲ 'ਚ ਸਭ ਕੁਝ ਆ ਗਿਆ ਹੈ ਤੁਸੀਂ ਗੱਲ ਕਰੋ ਨਾ ਕਰੋ ਪਰ ਮੈਂ ਤੇ ਗੱਲ ਕਰ ਲੈਣੀ ਹੈ ਉੱਥੇ ਅੱਜ ਤੇਰੀ ਭੈਣ ਦੇ ਰਿਸ਼ਤੇ ਦੀ ਨਹੀਂ ਤੂੰ ਮੇਰੀ ਭੈਣ ਨੂੰ ਪਲੇਟ 'ਚ ਪਾ ਤੇ ਨੰਦੇ ਆ ਪੱਕੀ ਪੱਕੀ ਦੇ ਹਾਂ ਮੈਂ ਤੇ ਕਹਿੰਦੀ ਜਲਦੀ ਮਗਰੋਂ ਲੱਤ ਜਾ ਤੇਰੇ ਸਿਰੇ ਚੜੀ ਖੋਤੀ ਵੇ ਚੁੱਪ ਕਰਕੇ ਬਕਵਾਸ ਨਾ ਕਰ ਤੇ ਟੋਰ ਅੱਗੇ ਹਾਂ ਨੀ ਬਾਪੀ ਮੈਂ ਤੈਨੂੰ ਕਦੀ ਸੁੱਤੇ ਨੂੰ ਨਹੀਂ ਉਠਾਇਆ ਤੇ ਤੈਨੂੰ ਜ਼ਰਾ ਲਿਆ ਜੀ ਕੋਈ ਨਹੀਂ ਇਹ ਕਿ ਮੇਂ ਜਿਹੜੀ ਨਿਨਾਣਾ ਹੁੰਦੀ ਇਹਨਾਂ ਧੀਆਂ ਹੁੰਦੀਆਂ ਨਹੀਂ ਮੇਰੀ ਗੱਲ ਸੁਣਦੀ ਛੁੱਤੀ ਨੂੰ ਨਹੀਂ ਉਠਾਇਆ ਤੂੰ ਇੱਕ ਦਿਨ ਨਾ ਇੱਕ ਦਿਨ ਵਿਆਹ ਕਰਨਾ ਹੈ ਕਿ ਨਹੀਂ ਕਰਨਾ ਕਿ ਸਾਡੇ ਬੂਵੇ ਤੇ ਬੁੱਢੀ ਹੋ ਜਾਏਗੀ ਆਸੇ ਪਾਸੇ ਵਾਲਿਆਂ ਦੇ ਤੇ ਮੇਰੇ ਸਾਨੂੰ ਚੱਲਨੇ ਪੈਂਦੇ ਨੇ ਤੈਨੂੰ ਕਿਹੜਾ ਚੱਲਨੇ ਪੈਂਦੇ ਨੇ ਤੈਨੂੰ ਫੜਕਣੀ ਪਵੇ ਮੇਰੀ ਤੂੰ ਸੁਣ ਲਾ ਜਦੋਂ ਆਸੇ ਪਾਸਿਆਂ ਦੇ ਮੇਲੇ ਆਏ ਨਾ ਤੇ ਮੇਰੇ ਵਿਰਾਹ ਨੂੰ ਮੇਰਾ ਖੂਨ ਹੀ ਮਾਫਿਆ ਕਤਲ ਕਰਕੇ ਕੁੱਤਿਆਂ ਨੂੰ ਸੱਟ ਦੇਵੇ ਤੇ ਤੂੰ ਐਡੇ ਚਲਾਕ ਨਾ ਮਾਂ ਮਰੀ ਨੂੰ 7 ਸਾਲ ਹੋ ਗਏ ਤੇ ਹਾਲੇ ਤੱਕ ਮੇਣਾ ਨਹੀਂ ਨਾ ਤੇ ਤੇਰੇ ਆਇਆ ਵੀ ਮੇਣੇ ਨਹੀਂ ਆਉਂਦੇ ਨੇ ਨਹੀਂ ਫਟਕੜੀ ਪਵੇ ਤੇਰੇ ਅਗਲੇ ਪਿਛਲਿਆਂ ਨੂੰ ਆਪਣੀ ਜ਼ੁਬਾਨ ਸੰਭਾਲ ਕੇ ਮੇਰੇ ਨਾਲ ਗੱਲ ਕਰ ਮੈਨੂੰ ਵੀ ਜੱਟੀ ਆਖਦੇ ਨੇ ਆਪਣੀ ਭੈਣ ਦੀਆਂ ਕਰਤੂਤਾ ਵੇਖ ਇਸ ਲਈ ਤੈਨੂੰ ਆਣੀ ਪਈਆਂ ਕਿ ਇਹਨੂੰ ਘਰ ਕਰੋ ਜਲਦੀ ਨਾਲ ਕੱਢ ਹਾਂ ਕੱਢ ਤੇ ਮੈਂ ਚੋੜੀ ਹੋਵਾਂ
चुप कर तेरा तक जेड़ा भुख नाल वैसे दिमाग लिया गड़ा चल आपा चलिए भेने इन्हे तो इतने बोलते ही रहना पागल शुक्र काली टूप नु जबान लग गई and grope and lizzy cat and proppy white and this topping he wrote and copyright this system on ਬਾਹਰਲੇ ਮੁਲਕ ਚ ਮੈਂ ਆਇਆ ਤੇ ਅੰਗਰੇਜ਼ੀ ਤੂੰ ਬੋਲਦਾ ਬਣਾ ਓ ਭਾਈ ਜਾਨ ਜਦੋਂ ਤੇਰੇ ਨਾਲ ਮੇਰੀ ਗੱਲ ਹੁੰਦੀ ਆਈ ਨਾ ਫੋਨ ਤੇ ਉਦੋਂ ਦੀ ਮੇਰੀ ਆਦਤ ਬਣ ਗਈ ਅੰਗਰੇਜ਼ੀ ਬੋਲਣ ਦੀ ਅੰਗਰੇਜ਼ੀ ਬੋਲਣ ਦੀ ਆਦਤ ਬਣ ਮੈਂ ਤਾਂ ਅੰਗਰੇਜ਼ੀ ਬੋਲੀ ਨੇ ਤੇ ਤੂੰ ਅੰਗਰੇਜ਼ੀਆਂ ਬੋਲਣ ਲੱਗ ਪਿਆ ਮੈਂ ਤਾਂ ਉੱਥੇ ਜਾ ਕੇ ਲੋਕਾਂ ਨੂੰ ਪੰਜਾਬੀ ਸਿਖਾ ਦਿੱਤੀ ਹੈ ਅੱਛਾ ਹਾਂ ਅੱਛਾ ਮੈਨੂੰ ਦੱਸ ਭਾਊ ਉੱਥੇ ਤੇਰੇ ਤਰ੍ਹਾਂ ਘੋੜੇ ਆਣ ਕੇ ਸਾਰੇ ਸੋਹਣੇ ਆ ਓਹ ਅੱਛਾ ਨਹੀਂ ਨਹੀਂ ਸਾਹਿਬ ਹੋ ਜਾ तेरी शकल तो मैनू नहीं दिसी एवं कूड़ दबी खिलाऊ गटर साफ करेंदा रहा सीधी दस खा मैनू बेवकूफ के बच्चे जलील आ जिथे स्पाइडर मैन पैर सटे होंगे जाल निकल देने छपक छपक करके एक बिल्डिंग तो दूसरी बिल्डिंग तो जाता है अं कैमरा बजता सड़क के उत्ते निरिया गड्डिया जा रही दिन कोई आ रही होंगे तो खट्टे रंग की जी बस है मैं बैठा होया हाँ तो जाके मैं चाक के एक एक बेलिंग दिस सके मेरा विरा स्पाइडर मैन फिल्म काम किया हाँ उत्थे नाले फिल्मों के मैं काम करता रहा बड़िया 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 फिल्मों के काम किया तेनू की पता आ जा मेरे नाल भाओ मैनू किस तरीके उदाह ला जाके मैं सारी जिंदगी गोवे मेल ने नहीं तेनू उत्थे लै के जासा किसी चंगी जी अंग्रेजनी नाल तेरी शादी करवा दे सा ठीक ठीक अबाउ चौकिया चौकी शादी नहीं है खुशी वाली गल है इतने पिछू आंदा पे आप जाते चंगे लग सा नाले मैं शरीका गल टंगनी तू जरूर कंजर खाना ना गल टंगनी कोई गल कर ली ना तो मैं तेन पुट्ठा टंग देना चाचा तू के एडा दत्ता होया खलोता है साडी रोजी दा वसीला है चलो लई जांदा ते साडी भी रोजी बन जासी ए अगे कदों मेरी मर्जी करदा ए आदी मर्जी करदा हुंदा ओथे कोई गल बणी ते तू खुद जिम्मेदार है ओ चाचा नहीं गल बणदी ओ रमजी नेड़ा भी जा रे कोई गल बणी ता सी आप दा ठाकरा चा नहीं लाए चलो ठीक है चलो बुआ दे चा पता नहीं डरदा तू क्यों मैं यार मेरी उम्र देख मैं नु नाल लेके टुरदा सोना लगसा ओरा तू मेरे नाल टोरा जा ओ यार मैं नाल टोर लईसा बिलकुल खैर मेरे क्यों आया नहीं रमजी आले आवा नाला अच्छा बैठो रमजी आवा ना लेके बस थोड़ी जी देर है फोन कीता है होनो हां मैं कीता है बस इते बेली कोल चाय पींदा पे मैं आना आगा कुछ अच्छा। पकाई भी ने कोई नहीं और रमजी आ गया ते देखा ते मैं मुंह खोल दे दूध पत्तियां शरबत की कोश इते बनाने आगे तो पर खाती काशा ने जानी मेरे वास्ते ते बोतल जरूर मंगवा ले और इते कोक दी बोतल खुल सन ढक्कन प्लीज आसन डाल ले उसे डाल ले बोतल दे कर दी नहीं डाल ले उसे बोतल दे के पुलिस दे ना आ जा मैडम डाने पुलिस दे ने बोतल दे बिस्मिल्लाह करा तो मैं बाहर ही जावा मेरा ब्राह आ गया और मामा सुना घरे सदक लिया रमजी आ गया इस्तकबाल करो और रमजी बिरा इस्तकबाल दे रोले च ना पाओ तैनू तो पता तेरी समाणी किवें दी है उस भोग पट लैणी है मैं चल लगा
ਇਸੇ ਵਾਸਤੇ ਤਾਂ ਮੈਂ ਸਦਵੈਂਦਾ ਪਿਆ ਕਿ ਉਹਦੇ ਦਿਲ ਦੇ ਵਿੱਚ ਮੇਰੀ ਕਦਰ ਹੈ ਜਾਂ ਨਹੀਂ ਹੈ, ਮੇਰੇ ਆਖੇ ਆਉਂਦੀ ਜਾਂ ਨਹੀਂ ਮੇਰਾ ਇਸਤਕਬਾਲ ਕਰਨ ਵਾਸਤੇ। ਠੀਕ ਹੈ, ਤੂੰ ਚਾਹਨਾ ਤੇਰੇ ਯਾ ਆਵਣ ਨਾਲ ਸੁਗਰੀ ਲੜਾਈ ਪਾ ਦੇਵੇ ਤਾਂ ਮੈਂ ਉਹਨੂੰ ਜਾ ਕੇ ਆਖ ਦੇਣਾ ਵੀ ਤੇਰਾ ਘਰ ਵਾਲਾ ਪਿਆ ਤਾਂ ਮੇਰੇ ਇਸਤਕਬਾਲ ਕਰੇ ਸੋ ਤਾਂ ਘਰ ਵੜਸਾ, ਇਹ ਮੈਂ ਨਹੀਂ ਵੜਦਾ। ਜੇ ਉਹ ਲੜਾਈ ਕਰੇਗੀ ਤੇ ਅੱਜ ਮੈਂ ਆਉਂਦੇ ਹੀ ਉਹਨੂੰ ਤਲਾਕ ਦੇ ਦਿਆਂਗਾ, ਜਾ ਉਹਨੂੰ ਲੈ ਕੇ ਆ, ਉਹ ਲੜਾਈ ਖਬਰਦਾਰ ਨਹੀਂ ਕਰੇਗੀ। ਚਲੋ ਠੀਕ ਹੈ। ਚਲੋ ਹੁਣ ਘਰ ਆ ਗਿਆ, ਉਹਨੂੰ ਲੈ ਕੇ ਚੱਲੀਏ। ਬਿਸਮਿਲ੍ਲਾ ਕਰਾਂ ਤਾਂ ਮੈਂ ਵਾਰੇ ਜਾਵਾਂ, ਮੈਂ ਮੇਰੇ ਕੁਰਬਾਨੀ ਦਾ ਵੱਛਾ। ਓਏ ਅੰਮਾ, ਤੈਨੂੰ ਕਿੰਨੀ ਵਾਰੀ ਆਖਿਆ ਮਿੱਠੀ ਚੀਜ਼ ਨੂੰ ਮੂੰਹ ਨਾ ਲਾਇਆ ਕੀਤਾ ਕਰ, ਮਿੱਠਾ ਤੈਨੂੰ ਮਨਾ। ਅਗਾ ਡੋਰ ਰਮਜ਼ੀ। ਓਹ ਮਾਮਾ ਜੀ, ਕੀ ਹਾਲ ਹੈ? ਠੀਕ ਠਾਕ। ਮਿਲੋ ਮਿਲੋ ਸਾਰੇ। ਮਿਲ ਲਿਆ ਮਾਮਾ ਜੀ, ਘਰੇ ਜਾ ਕੇ ਬੰਮੀ ਮੈਂ ਤਾਂ ਸਾਈਂ ਵਾਸਤੇ ਤਾਂ ਤੇ ਪੱਤੀਆਂ ਬਣਾਵਾ। ਤੂੰ ਤਾਂ ਮਿਲ ਲਾ। ਮੈਂ ਮਿਲੀ ਖਲੋਤੀ, ਮੈਂ ਬੈਠ ਕੇ ਸਾਰ ਗਈਆਂ ਸਾਈਂ। ਰੋਟੀ ਦੇ ਨਾਲ ਸਲਾਦ ਨਹੀਂ ਹੁੰਦਾ? ਉਹ ਮੈਂ ਤਾਂ ਉੱਥੇ ਅਮਰੀਕਾ ਦੇ ਵਿੱਚ ਵੀ ਮੌਤ ਦੇ ਖੂਹ ਲੱਭ ਲੱਭ ਕੇ ਜਾਂਦਾ ਖੁਸਰੇ ਵੇਖਣ ਵਾਸਤੇ। ਕੋਈ ਢੋਲ ਵਾਲਾ ਮੰਗਵਾ, ਮੈਂ ਇੱਥੇ ਤੇਰੇ ਪੁੱਤਰ ਦੀਆਂ ਖੁਸ਼ੀਆਂ ਕਰਾਂ। ਨੀ ਮਸਕਾਨ, ਢੋਲ ਵਾਲੇ ਨੂੰ ਕੋਈ ਨੀ ਸੱਦਿਆ, ਜਿਹੜਾ ਸਾਡੇ ਗੁਆਢੀ ਹੈ ਨਾ ਛੂਰ, ਉਹ ਬੜੀ ਸੋਹਣੀ ਬਰਾਤ ਵਜਾ ਲੈਂਦਾ ਤੇ ਉਹਨੂੰ ਮੈਂ ਸਾਧ ਲੈਂਦੀ ਆ। ਓਏ ਅੰਮਾ, ਮੈਂ ਜੰਮਦੇ ਮੰਗਾ ਮਸਕਾਨ ਦਾ ਨਾ ਜੰਪ ਮਾਰਦਾ ਖੜਾ ਹੈ। ਅੱਛਾ, ਮੈਂ ਤੇ ਜੰਪ ਬੜੇ ਬੰਦ ਕਰ ਲੈਂਦੀ ਆ। ਵੇ ਨਿਆਜ਼ਾ, ਵੇ ਚੁਆਰਾ, ਉਹ ਬਰਾਤ ਵਜਾ ਲਿਆ ਮੇਰਾ ਪੋਤਰੋ, ਇੱਥੇ ਆਣ ਕੇ ਵਜਾ। ਉਹ ਕਿਉਂ ਹੈ ਗਾਲੜ ਦੇ ਮੂੰਹ ਵਾਲਿਆ? ਤੂੰ ਆਂਦਾ ਪਿਆ ਖੁਸਰਾ ਜੰਪ ਲੈਂਦਾ ਪਿਆ, ਖੁਸਰਾ ਸ਼ਾਖਾ ਵਾਲਾ ਹੈ? ਉਹ ਮੇਰੇ ਆਕਾਂ ਦਾ ਮਕਸਦ ਇਹ ਵੀ ਉਹ ਖੜਾ ਡਾਂਸ ਕਰਾਂ ਤੂੰ। ਅਸੀਂ ਵੀ ਬੜੇ ਔਖੇ ਬੈਠੇ ਆਂ, ਕਦੋਂ ਡਾਂਸ ਮੁਕਸੀ ਤੇ ਅਸੀਂ ਵੀ ਰੋਟੀ ਖਸਾਂ ਆਂ। ਕਿਉਂ ਤੁਹਾਡੇ ਘਰ ਫੌਤਕੀ ਹੋਈ ਹੋਈ ਆਈ ਭਈਓ, ਤੂੰ ਭੁੱਖੇ ਆ ਗਏ ਨੇ? ਜ਼ਬਾਨ ਹੋਸ਼ ਨਾ ਕਰ, ਫੌਤਕੀ ਸਮਝ ਮੇਰੀ ਭਰਜਾਈ ਤੇ ਬਿਰਾ ਮੇਰਾ ਲੜੇ ਹਨ ਤੇ ਦਮੀ ਰੋਟੀਆਂ ਕੋਈ ਨਹੀਂ ਪਕਾਈਆਂ ਤੇ ਹੁਣ ਤੂੰ ਤਰਾਏ ਦਾ ਟਾਈਮ ਹੋਇਆ ਕੋ ਤਾਂ ਰੋਟੀ ਤੇ ਖਾਵਣੀ ਖਾਵਣੀ, ਨਾਲੇ ਖੁਸ਼ੀ ਨਹੀਂ ਹੈ? ਹਾਂ, ਤੁਸੀਂ ਤਾਂ ਖੁਸ਼ੀ ਵਾਲਾ ਘਰ ਲੱਭਦੇ ਵਦੇ ਹੁੰਦੇ ਹੋ, ਕੋ ਚੰਗਾ ਚੋਖਾ ਪੱਕੇ ਹੋਇਆ ਇਹ ਤਾਂ ਅਸੀਂ ਦੰਦੀ ਚਲਾਈਏ। ਲੈ ਤੇ ਅਸੀਂ ਸੱਦਿਆ ਤਾਂ ਆਇਆ ਸੀ, ਕਿਹੜਾ ਐਵੇਂ ਆ ਕੇ ਦੰਦੀ ਚਲਾਈ, ਅਸੀਂ ਕੋ ਕੁੱਤੇ ਆ? ਕੀ ਮੇਰੀ ਭੈਣ ਚੁੱਪ ਕਰ ਜਾ, ਬੂਤਰਾ ਬਰਾ ਚੁੱਪ ਕਰ ਜਾ, ਬਾਜਿਆ ਵਾ ਬਾਜਿਆ ਕਾ ਛੁਆਰਾ, ਅਗਾ ਟੋਰਿਆ ਇੱਥੇ ਬਾਜਾ ਮੇਰੇ ਪੋਤਰਾ, ਇੱਥੇ ਬਾਜਾ ਗੋਟਕੇ ਬਾਦ ਕੇ ਬਾਹ ਇਹਨੂੰ। ਗਾਣਾ ਚਾ ਗਾਣਾ ਗਾਣਾ ਸੀ ਤੇ ਆਣਾ ਨਸੀ ਆਇਆ ਇੱਥੇ ਜਾ ਰੇ।
चटनी बनी हो जाए ना, ओ मैनू बड़ी स्वादी लगी, मैं दो गिलास पी गया। वे खादे बोड़ा काम
ਕਾਂਗ ਦੀ ਚਟਣੀ ਨਹੀਂ ਆਈ ਉਹ ਦਹੀਂ ਦੀ ਚਟਣੀ ਆਈ ਕਾਂਗ ਪੀਵਣ ਆਉ ਕੇ ਓਏ ਅੰਮਾ ਐਡੇ ਪੜੇ ਲਿਖੇ ਹੁੰਦੇ ਤਾਂ ਬਾਹਰ ਨਾ ਵਗ ਜਾਵਣਾ ਇਥੂ ਜੋਗ ਗਈ ਹੈ ਨਾ ਤੂੰ ਵੀ ਐਡਾ ਚੋੜਾ ਨਾ ਹੋ ਸਾਨੂੰ ਪਤਾ ਜਿਵੇਂ ਤੇਰਾ ਫਿਰਾ ਬਾਹਰ ਗਿਆ ਉਹ ਵਗ ਤਾਂ ਗਿਆ ਭਾਵੇਂ ਜਿਵੇਂ ਗਿਆ ਤੁਹਾਨੂੰ ਤਾਂ ਸਾਡੇ ਨੂੰ ਵੇਖ ਕੇ ਰੀਸ ਨਹੀਂ ਆਉਂਦੀ ਲੋ ਵੀ ਗੋਸ਼ਤ ਖਾਦਾ ਰਾਜ ਤੇ ਬੜਾ ਮਜ਼ਾ ਆਇਆ ਅੱਛਾ ਗੋਸ਼ਤ ਪੱਕਾ ਹੋਇਆ ਤੇ ਮਰਦਾਈ ਆ ਥੋੜੇ ਚਾਵਲ ਪਵਾ ਦਿਓ चाची भुखी गई है चाची नग जा रोटी खा के लगी जावे मियां घर कला हां माल डंगर पठे भी करने गई है थोड़े जे सफाई की पानी त्रो गया है अबे गल करता रहा दिल की बड़ास कटी है हर जुमे रात जाना अबे ने आधे दिल दी हरवार कटी है ते रो के मेरे गल लग गई अम्मा रमजी चल छाट पर तू जिगरा कर तेरे प्यो गल कर ले ये तादे ब्रान उन ना मारी पिया ओए मेरा ता दिल करता पे मैं ते दांत फाड़ छड्डा ओए अब्बा मेरे गल लाग करो ना रे आई मेनू आवाज आउंदी आ रही नहीं अच्छा चल हौसला कर मेरा पुत्र ए वक्त हर किसे ते आंदा है हर किसे ने आगा जाना है हर किसे आगा जाना है जावण दे उनां नू ओ मैं ते पिछा जाना है मेरी सवाणी इकल्ली है मेनू चावल दियो ओए अम्मा अम्मा मैं कबरा ते गया अबे दी कबर दी सफाई कीती है उत्ते पानी त्रोके फूल सट्टण मैं अबे दी कबर लत्ता आले पासू चुमदा रिया अम्मा अच्छा अबे नाल गल्ला करदा रिया पता नहीं की गल है मेरे रूह नु सुकून नहीं पहुंचया ਉਹ ਤੂੰ ਪਿਓ ਦੀ ਕਬਰ ਤੱਕ ਪਹੁੰਚਿਆ ਤੇ ਤੈਨੂੰ ਸਕੂਨ ਪਹੁੰਚਿਆ ਮੈਂ ਫਖਰੀ ਆ ਤੂੰ ਆਦੇ ਪਿਓ ਦੀ ਕਬਰ ਤੇ ਨਹੀਂ ਮੇਰੇ ਪਿਓ ਦੀ ਕਬਰ ਤੇ ਰੋਂਦਾ ਰਹੀ ਹੈ ਐਸੀ ਮਜ਼ੀਦ ਫਨੀ ਵੀਡੀਓਜ਼ ਦੇਖਣੇ ਕੇ ਲੀਏ ਹਮਾਰੇ ਚੈਨਲ ਰਚਨਾਵੀ ਟੀਵੀ ਕੋ ਸਬਸਕ੍ਰਾਈਬ ਕਰੇਂ।